ਆੜ੍ਹਤੀਆ ਸੈੱਲ ਪੰਜਾਬ ਦਾ ਇੱਕ ਵਫਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਕੇਂਦਰੀ ਖੁਰਾਕ ਸਪਲਾਈ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਨਵੀਂ ਦਿੱਲੀ 'ਚ ਮਿਲਿਆ। ਇਸ ਵਫਦ 'ਚ BJP ਪੰਜਾਬ ਦੇ ਜਨਰਲ ਸਕੱਤਰ ਰਾਜੇਸ਼ ਰਾਠੌਰ, ਆੜ੍ਹਤੀਆ ਸੈੱਲ ਦੇ ਕੋਆਰਡੀਨੇਟਰ ਰੰਜਮ ਕਾਮਰਾ, FCI ਦੇ ਡਾਇਰੈਕਟਰ ਧੀਰਜ ਦਦਾਹੂਰ ਸਮੇਤ ਹੋਰ ਆਗੂ ਸ਼ਾਮਲ ਸਨ। ਇਸ ਦੌਰਾਨ ਵਫਦ ਮੈਂਬਰਾਂ ਨੇ ਆੜ੍ਹਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ 'ਚ ਚਰਚਾ ਕੀਤੀ ਅਤੇ ਉਹਨਾਂ ਦੇ ਢੁਕਵੇਂ ਹੱਲ ਦੀ ਫੌਰੀ ਅਪੀਲ ਵੀ ਕੀਤੀ। ਸਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਧੀਰਜ ਦਦਾਹੂਰ ਨੇ ਦੱਸਿਆ ਕਿ ਪੰਜਾਬ ਵਿੱਚ 32,000 ਆੜ੍ਹਤੀਏ ਇਸ ਕਾਰੋਬਾਰ ਨਾਲ ਜੁੜੇ ਹੋਏ ਨੇ। ਇਸ ਤੋਂ ਇਲਾਵਾ ਦੂਜੇ ਸੂਬਿਆਂ ਦੇ ਵੀ ਕਈ ਆੜ੍ਹਤੀਏ ਇਸ ਨਾਲ ਤਾਲਮੇਲ ਰੱਖਦੇ ਨੇ। ਉਹਨਾਂ ਸਾਰੀਆਂ ਫਸਲਾਂ 'ਤੇ ਆੜ੍ਹਤੀਆਂ ਨੂੰ 2.5% ਕਮਿਸ਼ਨ ਦੇਣ ਦੀ ਅਪੀਲ ਕੀਤੀ। ਕੇਂਦਰੀ ਮੰਤਰੀ ਨੇ ਵਫਦ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਜਿਹੜਾ ਵਾਧੇ ਵਾਸਤੇ ਬਹੁਤ ਲੰਬੇ ਸਮੇਂ ਦਾ ਸਾਡਾ ਸੰਘਰਸ਼ ਚੱਲ ਰਿਹਾ ਹੈਗਾ, ਕਿਉਂਕਿ ਸਾਨੂੰ ਪਹਿਲਾਂ MSP ਦੇ 2.5% ਆੜ੍ਹਤ ਮਿਲਦੀ ਸੀ, ਪਰ ਉਹ ਕੁਛ ਸਮੇਂ ਤੋਂ ਫਿਕਸ ਕਰ ਦਿੱਤੀ ਗਈ ਸੀਗੀ, 46 ਰੁਪਏ 45 ਰੁਪਏ ਜਿਹੜੀ ਫਿਕਸ ਕਰ ਦਿੱਤੀ ਗਈ ਸੀਗੀ, ਉਸ ਨੂੰ ਅਸੀਂ ਦੁਬਾਰਾ ਫਿਰ 2.5% ਕਰਨ ਵਾਸਤੇ, ਔਰ ਸਾਡਾ ਇੱਕ ਇਸ਼ੂ ਸੀਗਾ ਜਿਹੜਾ FCEPF ਕੱਟਦੀ ਹੈਗੀ ਹੈ ਲੇਬਰ ਦੇ ਉੱਤੇ, ਅਸੀਂ ਉਹ ਵੀ ਗੱਲਬਾਤ ਕੀਤੀ ਵੀ ਉਹ ਸਾਡਾ EPF ਬਣਦਾ ਨਹੀਂ ਹੈਗਾ, ਕਿਉਂਕਿ ਸਾਡੇ ਕੋਲ ਲੇਬਰ ਜਿਹੜੀ ਹੈਗੀ ਹੈ ਮੰਡੀ ਦੇ ਵਿੱਚ ਥੋੜ੍ਹੀ ਲੇਬਰ ਹੁੰਦੀ ਹੈ, ਕੋਈ ਦੋ